ਮੁਜਾਲਾ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਤੋਂ ਪਹਿਲਾਂ ਡਾਕਟਰ ਹੋਣ ਕਰਕੇ ਮੈਂ ਮਹਿਸੂਸ ਕੀਤਾ ਹੈ ਕਿ ਹੁਣ ਇਹਨਾਂ ਸਾਰੀਆਂ ਸਹੂਲਤਾਂ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਹੁਣ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਵਾਰ ਰੈਫਰ ਹੋਣ ਕਰਕੇ ਮਰੀਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਪਰ ਹੁਣ ਅਜਿਹਾ ਸਭ ਨਹੀਂ ਹੋਵੇਗਾ। ਪਟਿਆਲਾ ਵਿਖੇ ਪਹੁੰਚੇ ਹਨ ਅੱਜ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ, ਰਾਘਵ ਛੱਡਾ ਤੇ ਸੰਦੀਪ ਪਾਠਕ ਸੀਐਮ ਭਗਵੰਤ ਮਾਨ ਸਭ ਇੱਥੇ ਪਹੁੰਚੇ ਸੀ। ਸੁਆਸਥਿਆ ਕ੍ਰਾਂਤੀ ਦੇਵ ਪਟਿਆਲਾ ਵਿਖੇ ਪਹੁੰਚੇ ਅੱਜ ਡਾਕਟਰ ਬਲਜੀਤ ਮੈਡਮ ਸੈਡਨਸ ਵੇਲੇ ਮੌਜੂਦ ਹੈ ਮੈਮ ਵੱਡੀ ਬਦਲਾਵ ਦੀ ਗੱਲ ਕੀਤੀ ਜਾ ਰਹੀ ਹੈ ਸਵਾਸਥ ਦੀ ਗੱਲ ਹੈ ਜਦੋਂ ਸਵਾਸਥ ਦੀ ਗੱਲ ਆਉਂਦੀ ਤੇ ਡਾਕਟਰ ਦਾ ਜ਼ਰੂਰ ਜ਼ਿਕਰ ਤੁਸੀਂ ਤਾਂ ਪੇਸ਼ੇਵਰ ਵੀ ਡਾਕਟਰ ਵੀ ਹੋ ਇਹ ਜੋ ਬਦਲਾਵ ਪੰਜਾਬ ਦੇ ਵਿੱਚ ਹੋ ਰਿਹਾ ਹੈ ਐਜ਼ ਇਨ ਕੈਬਨਿਟ ਮਿਨਿਸਟਰ ਨਾ ਹੋ ਕੇ ਐਜ਼ ਇਨ ਡਾਕਟਰ ਹੋ ਕੇ ਜਾਨਣਾ ਚਾਹਾਂਗੀ ਕਿ ਕਿਸ ਤਰੀਕੇ ਦੇ ਬਦਲਾਵ ਆ ਰਹੇ ਮੈਨੂੰ ਲੱਗਦਾ ਕਿ ਜੋ ਅਸੀਂ ਮਹਿਸੂਸ ਕਰਦੇ ਸੀ ਕਿਉਂਕਿ ਮੈਂ ਵੀ ਸਰਕਾਰੀ ਹਸਪਤਾਲ ਦੇ ਵਿੱਚ ਬਹੁਤ ਲੰਬਾ ਸਮਾਂ ਕੰਮ ਕੀਤਾ ਔਰ अच्छे डॉक्टर काबिल डॉक्टर होने ਦੇ باوجود ਵੀ ਉੱਥੇ ਇਨਫਰਾਸਟ੍ਰਕਚਰ ਦੀ ਘਾਟ ਸੀ ਕਿ ਡਾਕਟਰ ਪੇਸ਼ੈਂਟ ਨੂੰ ਦਵਾਈ ਤਾਂ ਦੇ ਸਕਦਾ ਹੈ ਪਰ ਜੋ ਉਹਨੇ ਮੈਨੂਅਲ ਪ੍ਰੋਸੀਜਰ ਕਰਨੇ ਨੇ ਉਹ ਇਕੁਪਮੈਂਟ ਦੀ ਘਾਟ ਹੋਣ ਕਰਕੇ ਅੱਗੇ ਰੈਫਰ ਕਰੋ ਜੀ ਉਸ ਤੋਂ ਅੱਗੇ ਰੈਫਰ ਕਰੋ ਸੋ ਬਹੁਤ achhiyan machinerys achhe equipment ਜਿਹੜੇ ਲਾਂਚ ਕੀਤੇ ਗਏ ਨੇ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਟਾਈਮ ਵੇਸਟ ਹੁੰਦਾ ਸੀ ਪੇਸ਼ੈਂਟ ਨੂੰ ਇੱਕ ਤੋਂ ਦੂਜੀ ਜਗ੍ਹਾ ਸ਼ਿਫਟ ਕਰਨਾ ਔਰ ਉਹਦੇ ਵਿੱਚ ਕਿੰਨੀਆਂ ਜਾਣਾਂ ਚੱਲੀਆਂ ਜਾਂਦੀਆਂ ਸੀ ਇਕ ਤਰ੍ਹਾਂ ਨਾਲ ਅਸੀਂ ਜਿਹੜੀਆਂ ਮਨੁੱਖੀ ਜਾਨਾਂ ਵੀ ਬਚਾਉਣ 'ਚ ਕਾਮਯਾਬ ਹੋਵਾਂਗੇ ਔਰ ਇਹ ਵੀ ਹੋਏਗਾ ਕਿ ਹਰ ਡੋਰ ਸਟੈਪ ਤੇ ਜਿਹੜੀਆਂ ਹੈਲਥ ਫੈਸਿਲਿਟੀਆਂ ਜੋ ਆਮ ਆਦਮੀ ਪਾਰਟੀ ਦਾ ਟੀਚਾ ਸੀ ਕਿ ਅਸੀਂ ਘਰ-ਘਰ ਤੱਕ ਲਾਂਚ ਪਹੁੰਚਾਵਾਂਗੇ ਉਹਦੇ ਵੱਲ ਵੀ ਵੱਧ ਦੇ ਕਦਮ ਸਰਕਾਰ ਦੇ ਨਜ਼ਰ ਆ ਰਹੇ ਨੇ ਕੇ ਜਿਹੜੇ ਵਾਲ ਵੀ ਅੱچھے ਪਹੁੰਚੇ ਸੀ ਖਾਸ ਤੌਰ ਦੇ ਉੱਪਰ ਕਿਹਾ ਜਾ ਰਿਹਾ ਸੀ ਕਿ ਗਾਰੰਟੀ ਅਸੀਂ ਪੂਰੀ ਕਰ ਰਹੇ ਹਾਂ ਔਰ ਹਾਲਾਂਕਿ ਵਿਰੋਧੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਚਾਹ ਕਰਜ਼ੇ ਬਾਰੇ ਜ਼ਿਕਰ ਸੀ ਐਮ ਮਾਨਨੇ ਵੀ ਕੀਤਾ ਹਾਲਾਂਕਿ ਸਟੇਜ ਤੇ ਖੜੇ ਹੋ ਕੇ ਕਿ ਅਸੀਂ ਹਰ ਚੀਜ਼ ਦਾ ਜਵਾਬ ਦੇਵਾਂਗੇ ਸੋ ਕੀ ਲੱਗਦਾ ਹੈ ਤੁਹਾਨੂੰ ਜਿਹੜੇ ਕਰਜ਼ੇ ਦੀ ਗੱਲ ਆਖੀ ਗਈ ਹੈ ਕਿਵੇਂ ਇਹ ਸਾਰੀ ਚੀਜ਼ਾਂ ਨੂੰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਕੱਲ ਜਵਾਬ ਦੇਣ ਦੀ ਗੱਲ ਆਖੀ ਉਹਨਾਂ ਨੂੰ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਸੌਟ ਆਊਟ ਹੋਣਗੀਆਂ ਅ ਮੈਨੂੰ ਲੱਗਦਾ ਕਰਜ਼ਾ ਕਰਜ਼ੇ ਦੀ ਗੱਲ ਕਰੀਏ ਤਾਂ ਪਹਿਲੀਆਂ ਸਰਕਾਰਾਂ ਵੀ ਲੈਂਦੀਆਂ ਰਹੀਆਂ ਨੇ ਪਰ ਜਦੋਂ ਸਾਨੂੰ ਸਾਰਾ ਕੁਝ ਟਰਾਂਸਪੇਰੈਂਟ ਹੋਵੇ ਕਿ ਕਰਜ਼ਾ ਕਿਸ ਪਰਪਸ ਲਈ ਲਿਆ ਗਿਆ ਲੋਕਾਂ ਲਈ ਲਿਆ ਗਿਆ ਲੋਕਾਂ ਦੇ ਹੈਲਥ ਲਈ ਲੋਕਾਂ ਦੀ ਐਜੂਕੇਸ਼ਨ ਦੇ ਲਈ ਤਾਂ ਉਹਦੇ ਵਿੱਚ ਲੋਕ ਵੀ ਸਾਡੇ ਨਾਲ ਖੜਨਗੇ ਕਿ ਉਹਨਾਂ ਦੇ ਭਲਾਈ ਲਈ ਜੋ ਕੰਮ ਸੀ ਸਾਰੇ ਪਾਸਿਓਂ ਮਿਹਨਤ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਸਿਰੇ ਲਾਉਣ ਦੇ ਯਤਨ ਕਰ ਰਹੇ ਹਾਂ ਤਾਂ ਲੋਕ ਜਦੋਂ ਨਾਲ ਹੋਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਆਮ ਆਦਮੀ ਪਾਰਟੀ ਨੂੰ ਵੀ ਕਿਸੇ ਵੀ ਅਹ ਉਹ ਦੇ ਦਾਰ ਨੂੰ ਇਹਦਾ ਜਵਾਬ ਦੇਣ ਚ ਕੋਈ ਮੁਸ਼ਕਲ ਆਏਗੀ ਲੋਕ ਸਭ ਤੋਂ ਚੋਣਾਂ ਨੂੰ ਲੈ ਕੇ ਤਿਆਰੀਆਂ ਹਾਲਾ ਕਿ ਸੀਐਮ ਕਹਿੰਦੇ ਨਹੀਂ ਕਿ ਹਲੇ ਨਹੀਂ ਤਿਆਰੀयत ਅਸੀਂ ਅੱਗੇ ਕਰਾਂਗੇ ਲੇਕਿਨ ਇਸ ਨੂੰ ਚੋਣਵੀ ਰੈਲੀ ਦੇ ਰੂਪ ਦੇ ਵਿੱਚ ਵੀ ਲੋਕ ਜ਼ਰੂਰ ਦੇਖਦੇ ਨੇ ਅਹ ਮੈਂ ਕਹਾਂਗੀ ਕਿ ਜਦੋਂ ਤਿਆਰੀਆਂ ਦੀ ਗੱਲ ਅਸੀਂ ਕਰਦੇ ਹਾਂ ਤਾਂ ਤਿਆਰੀ ਲੋਕ ਹੀ ਕਰਦੇ ਹੁੰਦੇ ਨੇ ਜੇਕਰ ਉਹਨਾਂ ਨੂੰ ਲੱਗਦਾ ਕਿ ਵਾਕਈ ਆਮ ਆਦਮੀ ਪਾਰਟੀ ਨੇ ਬਦਲਾਅ ਲਿਆਂਦਾ 1.5 ਸਾਲ ਦੇ ਵਿੱਚ ਤਾਂ ਉਹ ਤਿਆਰੀਆਂ ਉਹਨਾਂ ਨੇ ਆਪਣੇ ਆਪ ਹੀ ਸ਼ੁਰੂ ਕਰ ਦੇਣੀਆਂ ਨਹੀਂ ਕਿਉਂਕਿ ਉਹ ਵੀ ਮਹਿਸੂਸ ਕਰਦੇ ਨੇ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਬਦਲਾਅ ਆਇਆ ਉਸੇ ਤਰ੍ਹਾਂ ਪੂਰੇ ਭਾਰਤ ਭਰ ਦੇ ਵਿੱਚ ਅਸੀਂ ਉਹ ਬਦਲਾਅ ਲੈ ਕੇ ਆਈਏ ਸੋ ਤਿਆਰੀਆਂ ਲੋਕਾਂ ਨਹੀਂ ਕਰਨੀਆਂ ਹੋਰ ਹਰ ਕੋਈ ਲਾਉਂਦਾ ਹੈ ਲੋਕਤੰਤਰ ਹੈ ਹੱਕ ਵੀ ਬਣਦਾ ਪਰ ਜਦੋਂ ਕੋਈ ਕੰਮ ਦੇ ਸਿਰ ਤੇ ਲੋਕਾਂ ਦੇ ਕੋਲ ਜਾਂਦਾ ਤਾਂ ਉਹਦੀ ਜਿਹੜੀ ਕਹਿ ਲਓ ਕਿ ਅਹਿਮੀਅਤ ਵੀ ਉਹ ਨਹੀਂ ਜ਼ਿਆਦਾ ਵੱਧ ਜਾਂਦੀ ਹੈ ਸੋ ਅਸੀਂ ਕੰਮ ਕਰਕੇ ਲੋਕਾਂ ਦੇ ਸਾਹਮਣੇ ਆਏ ਹਾਂ ਕੰਮ ਕਰਕੇ ਲੋਕਾਮੂਰੇ ਪਹੁੰਚੇ ਨੇ ਸਾਫਤੌਰ ਤੇ ਕਹਿਣਾ ਹੈ ਲੇਕਿਨ 2024 ਦੀ ਲੋਕ ਸਭਾ ਦੀ ਚੋਣਾਂ ਦੀ ਤਿਆਰੀ ਜਿਹੜੀ ਹੈ ਹਰ ਪਾਰਟੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕੈਮਰਾਮੈਨ